ਕਹਿੰਦੇ ਇਹ ਉਹੀ ਆ ਦਰਵੇਸ਼ ਰੋਟੀ ਦਿੱਤੀ ਜਿਹਨੇ ਬੰਦੇ ਨੂੰ ਕੋਈ ਰੱਖਦਾ ਸ਼ੌਂਕੀ ਅਤੇ ਕੋਈ ਰੱਖਦਾ ਲੰਡੇ ਨੂੰ ਰਾਤਾਂ ਨੂੰ ਕਰਦਾ ਰਾਖੀ ਸੁੱਤਾ ਨਹੀਂ ਰਹਿੰਦਾ ਜਿਹੜਾ ਸਮਝੇ ਇਹਦੀ ਵਫਾਦਾਰੀ ਨੂੰ ਉਹ ਇਹਨੂੰ ਕੁੱਤਾ ਨਹੀਂ ਕਹਿੰਦਾ ਉਹ ਇਹਨੂੰ ਕੁੱਤਾ ਨਹੀਂ ਕਹਿੰਦਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹੋ ਸੰਦੀਪ ਸਿੰਘ, ਮੇਰੇ ਚੈਨਲ ਕਿਡ ਬਲੌਗਸ 'ਤੇ ਤੁਹਾਡਾ ਸਵਾਗਤ ਆ। ਅੱਜ ਦਾ ਜਿਹੜਾ ਮੇਰਾ ਬਲੌਗ ਆ ਉਹ ਮੇਰੇ ਡੌਗਸ ਨਾਲ ਹੈਗਾ। ਸਭ ਤੋਂ ਪਹਿਲਾਂ ਤੁਹਾਨੂੰ ਡੌਗਸ ਨਾਲ ਮਿਲਾਉਣੇ ਆ ਅਤੇ ਫਿਰ ਉਹਨਾਂ ਨੂੰ ਨਵਾਉਣਾ ਧਵਾਉਣਾ ਗਾ। ਸੋ ਅੱਜ ਦਾ ਇਹ ਮੇਰਾ ਬਲੌਗ ਆ ਅਤੇ ਬਲੌਗ ਨਾਲ ਜੁੜੇ ਰਹੋ ਜੀ, ਸਟਾਰਟ ਕਰਦੇ ਹਾਂ ਅੱਜ ਦਾ ਬਲੌਗ। ਹੈਲੋ ਬੈਲਾ ਸ਼ੈਡੋ, ਨਹੀਂ ਤੈਨੂੰ ਨਹੀਂ ਜਾਂਦੇ, ਤੈਨੂੰ ਨਹੀਂ ਜਾਂਦਾ, ਨਹੀਂ ਤੈਨੂੰ ਨਹੀਂ ਜਾਂਦਾ, ਇਹਨੂੰ ਚੱਕੂ ਬੈਲਾ ਨੂੰ, ਬੈਲਾ ਨਾ ਤੈਨੂੰ ਨਹੀਂ ਜਾਂਦਾ, ਤੈਨੂੰ ਨਹੀਂ ਕਰਦਾ ਮੈਂ, ਉਹਦਾ ਬੋਲਦੀ ਨਹੀਂ। ਚੱਲ ਭਾਈ ਯਾਰ, ਇਧਰਾ ਓਏ ਇਧਰਾ, ਚੱਲ ਬੈਲਾ ਤੇਰੇ ਨਾਲ ਨਹਾਉਣ ਦਾ ਟਾਈਮ ਆ ਗਿਆ, ਚੱਲ। ਸਭ ਤੋਂ ਪਹਿਲਾਂ ਜੀ ਆਪਾਂ ਕੀ ਆ ਡੌਗ ਨੂੰ ਚੰਗੀ ਤਰ੍ਹਾਂ ਗਿੱਲਾ ਕਰ ਲੈਣਾ ਗਾ ਅਤੇ ਵੀ ਪਾਣੀ ਹਰ ਇੱਕ ਆਸੇ ਪਾਸੇ ਹਰ ਇੱਕ ਥਾਂ 'ਤੇ ਲੱਗ ਜਾਵੇ। ਸੋ ਚੰਗੀ ਤਰ੍ਹਾਂ ਗਿੱਲਾ ਕਰਨ ਤੋਂ ਬਾਅਦ ਹੀ ਆਪਾਂ ਸ਼ੈਂਪੂ ਵਗੈਰਾ ਜਿਹੜਾ ਉਹ ਯੂਜ਼ ਕਰਨਾ ਗਾ ਅਤੇ ਤਕਰੀਬਨ 5 ਮਿੰਟ ਤਾਂ ਇੱਦਾਂ ਲਗਾਤਾਰ ਟੂਟੀ ਹੇਠਾਂ ਛੱਡ ਦਿਓ। ਜਾਂ ਆਪਦਾ ਜੇਕਰ ਤੁਸੀਂ ਬਾਲਟੀ ਭਰੀ ਹੋਈ ਆ ਡੱਬੇ ਡੁੱਬੇ ਨਾਲ ਜਾਂ ਉੱਦਾਂ ਵੀ, ਹੈ ਨਾ, ਵੀ ਪੂਰੀ ਚੰਗੀ ਤਰ੍ਹਾਂ ਗਿੱਲਾ ਕਰ ਲਿਓ ਤਾਂ ਕਿ ਇਹਦੇ ਹਰ ਪਾਸੇ ਹਰ ਸਰੀਰ 'ਤੇ, ਹੈ ਨਾ, ਕੀ ਆ ਸ਼ੈਂਪੂ ਲੱਗ ਜੇ। ਸੋ ਉਸ ਤੋਂ ਬਾਅਦ 'ਚੋਂ ਗਿੱਲਾ ਕਰਨ ਤੋਂ ਬਾਅਦ 'ਚੋਂ ਫਿਰ ਆਪਾਂ ਲਾਉਣਾ ਜੀ ਸ਼ੈਂਪੂ। ਸ਼ੈਂਪੂ ਜੀ ਤੁਹਾਨੂੰ ਕਈ ਮਿਲ ਜਾਣਗੇ ਮਾਰਕੀਟ 'ਚੋਂ, ਪਰ ਮੈਂ ਯੂਜ਼ ਕਰਦਾ ਇਹ ਵਾਲਾ, ਇਹ ਬਹੁਤ ਵਧੀਆ। ਇਹ ਆਪਾਂ ਨੂੰ ਕੀ ਆ, ਜੇਕਰ ਕੋਈ ਚਮੜੀ ਦੇ ਵਿੱਚ ਕੋਈ ਵੀ ਇਨਫੈਕਸ਼ਨ ਵਗੈਰਾ ਉਹ ਤੋਂ ਬਚਾਉਂਦਾ ਗਾ, ਬਾਕੀ ਬਾਲ ਬੂਲ ਝੜਦੇ ਹੋਣ ਤਾਂ ਉਹਦੇ ਲਈ ਇਹ ਬੈਸਟ ਹੈਗਾ। ਤੁਸੀਂ ਇਹ ਯੂਜ਼ ਕਰਕੇ ਦੇਖਿਓ, ਇਹ ਬਹੁਤ ਵਧੀਆ ਗਾ। ਇਸ ਗੱਲ ਦਾ ਧਿਆਨ ਰੱਖਿਓ ਵੀ ਜਦੋਂ ਤੁਸੀਂ ਸ਼ੈਂਪੂ ਲਾਉਣਾ ਤਾਂ ਅੱਖਾਂ ਉੱਖਾਂ 'ਚ ਨਾ ਪਈਏ, ਮੂੰਹ 'ਚ ਨਾ ਪਈਏ। ਸੋ ਇਹ ਚੀਜ਼ਾਂ ਦਾ ਜ਼ਿਆਦਾ ਧਿਆਨ ਰੱਖਣਾ ਗਾ ਆਪਾਂ, ਅਤੇ ਧਿਆਨ ਨਾਲ ਆਪਾਂ ਹਰ ਇੱਕ ਉਹਦੀ ਬੋਡੀ 'ਤੇ ਲਾਉਣਾ ਗਾ, ਬਸ ਅੱਖਾਂ ਤੋਂ ਬਚਾ ਕੇ। ਸ਼ੈਂਪੂ ਲਾਉਣ ਤੋਂ ਬਾਅਦ 'ਚੋਂ ਘੱਟੋ ਘੱਟ ਇਹਨੂੰ 5 ਮਿੰਟ ਲਈ ਤੁਸੀਂ ਇੱਦਾਂ ਹੀ ਰੱਖਣਾ ਗਾ ਅਤੇ ਇਹ ਮਸਲਣਾ ਚੰਗੀ ਤਰ੍ਹਾਂ, ਇਹਦੇ ਅੰਦਰ ਲੈ ਕੇ ਜਾਣਾ ਤਾਂ ਕਿ ਇਹ ਕੀ ਆ ਹਰ ਇੱਕ ਬੋਡੀ ਦੇ ਹਰ ਇੱਕ ਪਾਰਟ 'ਤੇ ਲੱਗ ਜਾਵੇ, ਹੈ ਨਾ, ਚੰਗੀ ਤਰ੍ਹਾਂ ਇਹ ਅਪਲਾਈ ਹੋ ਜਾਵੇ। ਤਿਆਰ ਹੋ ਜਾ ਮੁੰਡਿਆ, ਇਹ ਤੋਂ ਬਾਅਦ 'ਚੋਂ ਤੇਰੀ ਵਾਰੀ ਆ ਜੀ, ਠੀਕ ਹੈ ਨਾ, ਇੱਧਰ ਦੇਖ ਲਾਂਗਾ, ਕਰ ਲਾ ਜਿਹੜੇ ਪੰਗੇ ਛੰਗੇ ਕਰਨੇ ਨੇ, ਮਾਰ ਲਾ ਪੁੱਠੀਆਂ ਛਾਲਾਂ, ਫਿਰ ਫੜ ਕੇ ਤੂੜੀ ਹੇਠਾਂ ਕਰ ਦੇਣਾ, ਤੈਨੂੰ ਨਵਾ ਦੇਣਾ,
ਪੈ ਜਾ ਜਿੰਨਾ ਲੰਬਾ ਪੈਣਾ। ਸ਼ੈਂਪੂ ਬਾਅਦ 'ਚ ਕੀ ਹੈ ਚੰਗੀ ਤਰ੍ਹਾਂ ਆਪਾਂ ਨੂੰ ਕੱਢਣਾ ਚਾਹੀਦਾ ਹੈਗਾ। ਘੱਟੋ ਘੱਟ 10 ਮਿੰਟ ਪਾਣੀ ਇੱਦਾਂ ਹੀ ਛੱਡਦੇ ਰਹੋ ਤਾਂ ਕਿ ਕੀ ਹੈ ਸ਼ੈਂਪੂ ਚੰਗੀ ਤਰ੍ਹਾਂ ਇਹਦੇ ਬੋਡੀ 'ਚੋਂ ਨਿਕਲ ਜੇ, ਨਹੀਂ ਅਦਰਵਾਈਜ਼ ਕੀ ਆ ਫਿਰ ਸਰੀਰ ਗਿੱਲਾ ਰਹਿਣਾ ਗਾ, ਇਨਫੈਕਸ਼ਨ ਵਗੈਰਾ ਹੋ ਜਾਣੀ ਹੈ ਜੀ। ਨਹਾਉਣ ਤੋਂ ਬਾਅਦ 'ਚੋਂ ਜੀ ਤੁਸੀਂ ਡੋਗ ਨੂੰ ਕਿਸੇ ਮਤਲਬ ਪਿੰਜਰੇ ਪੁੰਜਰੇ 'ਚ ਰੱਖਣਾ ਗਾ ਆਪਾਂ, ਤਾਂ ਕਿ ਕੀ ਆ ਹੁਣ ਇਹ ਬਾਹਰ ਆਊਗਾ, ਬਾਹਰ ਕਿਸੇ ਮਿੱਟੀ ਮੁੱਟੀ ਲੱਗੂਗੀ ਤਾਂ ਇਹਦੇ ਵਾਲ ਖਰਾਬ ਹੋ ਜਾਣਗੇ। ਸੋ ਤੁਸੀਂ ਪਿੰਜਰੇ 'ਚ ਬੰਦ ਕਰ ਦੇਣਾ ਗਾ ਨਹਾਉਣ ਤੋਂ ਬਾਅਦ 'ਚੋਂ ਇਹਨੂੰ, ਤਾਂ ਕੀ ਆ ਇਹਦੀ ਬੋਡੀ ਚੰਗੀ ਤਰ੍ਹਾਂ ਸੁੱਕ ਜੇ ਅਤੇ ਕੋਈ ਵੀ ਮਿੱਟੀ ਵਗੈਰਾ ਨਾ ਲੱਗੇ, ਨਹੀਂ ਫਿਰ ਕੀ ਆ ਗਿੱਲਾ ਸਰੀਰ ਆ, ਮਿੱਟੀ ਵਗੈਰਾ ਲੱਗ ਜਾਣੀ ਆ, ਇਨਫੈਕਸ਼ਨ ਵਗੈਰਾ ਹੋ ਜਾਣੇ ਆ ਕਈ ਵਾਰ ਚਮੜੀ ਦੇ, ਸੋ ਉਹ ਇਹ ਪ੍ਰੋਬਲਮ ਨਾ ਆਵੇ ਤਾਂ ਕਰਕੇ ਕੀ ਆ ਇਹਨੂੰ ਤੁਸੀਂ ਪਿੰਜਰੇ ਵਿੱਚ ਬੰਦ ਕਰ ਦੇਣਾ ਗਾ। ਸੋ ਕਿੱਦਾਂ ਦਾ ਲੱਗ ਰਿਹਾ ਜੀ ਨਹਾਉਣ ਤੋਂ ਬਾਅਦ 'ਚੋਂ, ਤੁਸੀਂ ਸਾਡੇ ਦਰਸ਼ਕਾਂ ਨੂੰ ਕੁਛ ਕਹਿਣਾ ਚਾਹੋਗੇ ਨਹਾਉਣ ਤੋਂ ਬਾਅਦ 'ਚ ਥੋੜ੍ਹੀ ਬਹੁਤ ਤੁਹਾਨੂੰ ਸੁਰਤ ਆਈ ਹੋਵੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਜੀ, ਕੁਛ ਕਹਿਣਾ ਚਾਹੋਗੇ ਤੁਸੀਂ? ਲਾ ਬਈ ਸ਼ੈਡੋ ਹੁਣ ਵਾਰੀ ਤੇਰੀ ਆ ਗਈ, ਇਹਨੂੰ ਤਾਂ ਕਰਤਾ ਨਵਾ ਕੇ ਪਿੰਜਰੇ 'ਚ ਬੰਦ, ਹੁਣ ਵਾਰੀ ਤੇਰੀ ਆ। ਕਿੱਧਰ ਚੱਕੀ ਇਹਨਾਂ, ਇੱਧਰ ਦੇਖ ਮੈਂ ਕੀ ਕਹੀ ਇਹਨਾਂ ਗਾ ਵੀ ਵਾਰੀ ਆ ਗਈ ਤੇਰੀ, ਹੁਣ ਤੈਨੂੰ ਅਸੀਂ ਨਵਾ ਕੇ ਕਰ ਦੇਣਾ ਪਿੰਜਰੇ 'ਚ ਬੰਦ, ਹਵਾ ਹਵਾ ਨਹੀਂ ਕਰਨ ਦੇਣੀ ਤੇਰੇ 'ਤੇ, ਠੀਕ ਹੈ ਨਾ? ਕਿਤੇ ਹਵਾ ਹਵਾ ਕਰਦਾ ਹੋਵੇ, ਨਵਾ ਕੇ ਤੈਨੂੰ ਹੁਣ ਪਿੰਜਰੇ 'ਚ ਬੰਦ ਕਰ ਦੇਣਾ ਸ਼ੇਰਾ। ਕਿਉਂ ਨਹਾਉਣ ਲਈ ਤਿਆਰ ਆ? ਦੱਸ, ਦਰਸ਼ਕ ਪੁੱਛਦੇ ਨੇ ਵੀ ਨਹਾਉਣ ਲਈ ਤਿਆਰ ਆ, ਬੋਲ ਹਾਂ ਕਿ ਨਾ? ਇਹ ਯਾਰ ਬੜਾ ਬੰਦਾ ਖਰਾਬ ਆ ਇਹ, ਦੱਸ ਇਹਨਾਂ ਨੂੰ ਨਹਾਉਣ ਲਈ ਤਿਆਰ ਆ, ਦੱਸ ਦੇ। ਚੱਲ ਚੰਗਾ, ਸਤਿ ਸ਼੍ਰੀ ਅਕਾਲ, ਬੁਲਾ ਦੇ ਫਿਰ ਇਹਨਾਂ ਨੂੰ। ਉਹ ਯਾਰ ਦੱਸ ਦੇ ਯਾਰ, ਐਂ ਕਾਹਨੂੰ ਕਰਦਾ ਹੁੰਦਾ ਸ਼ੈਡੋ। ਚੱਲ ਫਿਰ ਤੈਨੂੰ ਨਵਾ ਦਈਏ ਹੈ ਨਾ, ਫਿਰ ਤੈਨੂੰ ਵੀ ਪਿੰਜਰੇ 'ਚ ਬੰਦ ਕਰ ਦਈਏ ਪਹਿਲਾਂ ਵਾਂਗੂ, ਹੈ ਨਾ? ਬਾਹਰ ਦਾ ਤੂੰ ਤੰਗ ਹੀ ਕਰਦਾ ਰਹਿਣਾ, ਆ ਦੇਖ ਪੰਗੇ ਬਹੁਤ ਲੈਣਾ ਤੂੰ, ਟਿਕ ਜਾ ਸ਼ੇਰਾ ਟਿਕ ਜਾ, ਕੀ ਲੈਣਾ ਤੈਂ? ਕਹਿੰਦੇ ਗੱਭਰੂ ਦੇ ਨਹਾਉਣ ਦਾ ਹੋ ਗਿਆ ਟਾਈਮ, ਪਰ ਗੱਭਰੂ ਛੜਾ ਛੜਾ ਭੱਜਦਾ ਵੀ ਮੈਂ ਨਹਾਉਣਾ ਨਹੀਂ, ਪਰ ਇਹ ਹੋ ਨਹੀਂ ਸਕਦਾ, ਨਹਾਉਣਾ ਤੈਨੂੰ ਪੈਣਾ ਹੀ ਆ। ਦੇਖੋ ਹੁਣ ਇਹ ਕਿਵੇਂ ਜਾਂਦਾ ਗਾ, ਇਹ ਬੜਾ ਚੱਲਦਾ ਬੰਦਾ। ਨਾ 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 ਨਾ, ਆ ਜਾ ਸ਼ੈਡੋ, ਆ ਜਾ ਆ ਜਾ, ਐਂ ਭੱਜ ਕੇ ਕਿੱਥੇ ਜਾਏਗਾ, ਵੱਜਦਾ ਨਹੀਂ ਸ਼ੇਰਾ, ਤੈਨੂੰ ਨਹਾਉਣਾ ਤਾਂ ਪੈਣਾ, ਦੇਖ ਗੁੱਸਾ ਕਰ ਗਿੱਲਾ ਕਰ, ਨਹਾਉਣਾ ਤੈਨੂੰ ਪਊਗਾ, ਠੀਕ ਹੈ ਨਾ? ਐਵੇਂ ਜੇ ਨਾ ਕਰ, ਨਹੀਂ ਫੜ ਕੇ ਧੱਕੇ ਨਾਲ ਨਵਾ ਛੱਡਣਾ ਜੀ। ਇਹ ਬੜਾ ਭੱਜਦਾ ਜੀ ਨਹਾਉਣ ਤੋਂ, ਬਹਿਲਾ ਤਾਂ ਹਜੇ ਨਹਾ ਲੈਂਦੀ ਆ, ਕੁਛ ਨਹੀਂ ਕਹਿੰਦੀ, ਇਹ ਬੰਦਾ ਬੜਾ ਤੰਗ ਕਰਦਾ। ਪਰ ਆਇਆ ਇਹਨੂੰ ਨਹਾਉਣ ਦਾ ਪ੍ਰੋਸੈਸ ਸਾਰਾ ਸੇਮ ਹੀ ਆ, ਪਰ ਇਹਦਾ ਥੋੜ੍ਹਾ ਜਿਹਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਇਹਦੇ ਜਿਹੜੇ ਵਾਲ ਨੇ ਉਹ ਹੈਵੀ ਨੇ, ਜ਼ਿਆਦਾ ਨੇ ਬੈਲਾਂ ਨਾਲੋਂ, ਮਤਲਬ ਇਹ ਟੋਆਈਪੋਮ ਆ, ਟੋਆਈਪੋਮ ਦੇ ਵਾਲ ਜ਼ਿਆਦਾ ਹੁੰਦੇ ਆ ਜੀ ਫਰੈਂਚ ਬੁਲਡੋਗ ਨਾਲੋਂ, ਸੋ ਇਹਦੀ ਕੇਅਰ ਥੋੜ੍ਹੀ ਜਿਹੀ ਜ਼ਿਆਦਾ ਗੀ। ਇਹਨੂੰ ਜਦੋਂ ਨਵਾਉਣਾ ਪਾਣੀ ਇਹ ਤਾਂ ਖੁੱਲ੍ਹਾ ਛੱਡਣਾ ਗਾ ਕਿਉਂਕਿ ਵਾਲ ਵੱਡੇ ਨੇ, ਕਈ ਵਾਰ ਸ਼ੈਂਪੂ ਵਗੈਰਾ ਅੰਦਰ ਨਾ ਲੈ ਰਹਿ ਗਏ, ਹੈ ਨਾ? ਤਾਂ ਕਰਕੇ ਕੀ ਆ ਪਾਣੀ ਖੁੱਲ੍ਹਾ ਛੱਡਣਾ ਗਾ, ਅਤੇ ਇਹਨੂੰ ਪਹਿਲਾਂ ਜਿਹੜਾ ਆਪਾਂ ਪਾਣੀ ਨਾਲ ਪਹਿਲਾਂ ਜਦੋਂ ਗਿੱਲਾ ਵੀ ਕਰਨਾ ਉਦੋਂ ਵੀ ਖੁੱਲ੍ਹੇ ਪਾਣੀ ਨਾਲ ਗਿੱਲਾ ਕਰਨਾ, ਪੂਰਾ ਛੱਡਣਾ ਗਾ ਉਹਦੇ ਨਾਲੋਂ ਥੋੜ੍ਹਾ ਜਿਹਾ ਵੱਧ ਟਾਈਮ, ਕਿਉਂਕਿ ਵਾਲ ਇਹਦੇ ਬਹੁਤ ਜ਼ਿਆਦਾ ਨੇ, ਤੁਸੀਂ ਦੇਖਿਆ ਗਾ ਪਹਿਲਾਂ, ਹੁਣ ਤਾਂ ਖੈਰ ਜੁੜ ਗਏ। ਸੋ ਇਹਨੂੰ ਚੰਗੀ ਤਰ੍ਹਾਂ ਆਪਾਂ ਗਿੱਲਾ ਕਰਕੇ ਫਿਰ ਇਹ 'ਤੇ ਸ਼ੈਂਪੂ ਕੀ ਅਪਲਾਈ ਕਰਨਾ ਗਾ, ਅਤੇ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਗਿੱਲਾ ਕਰੋ, ਅਤੇ ਫਿਰ ਹੁਣ ਅੱਗੇ ਕੀ ਆ ਸ਼ੈਂਪੂ ਵੀ ਚੰਗੀ ਤਰ੍ਹਾਂ ਵਧੀਆ ਮਾਰਨਾ ਗਾ ਕਿਉਂਕਿ ਵਾਲ ਵੱਡੇ ਨੇ, ਤੁਹਾਨੂੰ ਪਤਾ ਵੀ ਅੰਦਰ ਤੱਕ ਜਾਵੇ ਅਤੇ ਫਿਰ ਹੀ ਸ਼ਾਈਨਿੰਗ ਵਗੈਰਾ ਆਊਗੀ, ਹੈ ਨਾ? ਫਿਰ ਹੀ ਇਹਨੂੰ ਜੇ ਕੋਈ ਮਤਲਬ ਚਮੜੀ ਚੁਮੜੀ ਦੀ ਜੋ ਵੀ ਕਈ ਵਾਰ ਕੋਈ ਪ੍ਰੋਬਲਮ ਵਗੈਰਾ ਹੁੰਦੀ ਆ ਤਾਂ ਫਿਰ ਹੀ ਉਹ ਕਿਤੇ ਜਾ ਕੇ ਸੈੱਟ ਹੁੰਦੀ ਆ, ਨਹੀਂ ਵਾਲਾਂ 'ਚ ਹੀ ਰਹਿ ਜਾਂਦਾ ਹੁੰਦਾ ਸ਼ੈਂਪੂ। ਭੱਜਣਾ ਨਹੀਂ, ਨਹੀਂ ਭੱਜਣਾ, ਨਹੀਂ ਭੱਜਣਾ, ਇੱਧਰ ਵਾਪਸ ਆ, ਨਹੀਂ ਭੱਜਣਾ ਵਾਪਸ ਆ। ਲਓ ਜੀ, ਸੇਮ ਹੀ ਪ੍ਰੋਸੈਸ ਆ, ਸ਼ੈਂਪੂ ਸ਼ੈਂਪੂ ਲਾਉਣਾ ਗਾ ਅਤੇ ਚੰਗੀ ਤਰ੍ਹਾਂ ਲਾਉਣਾ, ਚੰਗੀ ਤਰ੍ਹਾਂ ਅਪਲਾਈ ਕਰਨਾ ਵਾਲਾਂ ਦੇ ਵਿੱਚ ਪੂਰਾ ਰਚ ਗਏ। ਹਾਂ ਵੀ ਕਿੱਦਾਂ ਦਾ ਲੱਗ ਰਿਹਾ ਸ਼ੈਂਪੂ ਲਵਾ ਲਿਆ, ਉਹ ਦੱਸ ਬਈ ਕਿੱਦਾਂ ਦਾ ਲੱਗ ਰਿਹਾ? ਹੈਂ ਭੱਜਣਾ ਨਹੀਂ ਯਾਰ, ਆ ਤਾਂ ਧਵਾ ਕੇ ਜਾ, ਫਿਰ ਤੈਨੂੰ ਛੱਡ ਦਾਂਗੇ, ਕੋਈ ਗੱਲ ਨਹੀਂ, ਪਿੰਜਰੇ 'ਚ ਕਰ ਦਾਂਗੇ ਤੈਨੂੰ ਬੰਦ, ਅਤੇ ਉੱਥੇ ਆਪਦਾ ਬੈਠ ਰਹੀ, ਵਾਲ ਬੂਲ ਸੁਕਾ ਲਈ, ਅਤੇ ਕੰਘਾ ਕੁੰਘਾ ਤੈਨੂੰ ਫੜਾ ਦੇਣਾ, ਅਤੇ ਕੰਘਾ ਕੁੰਘਾ ਆਪਦਾ ਮਾਰੀ ਚੱਲੀ, ਅਤੇ ਤੇਰੇ ਹੈੱਡਫੋਨ ਲਾ ਦੇਣੇ ਆ, ਅਤੇ ਗਾਣੇ ਗੁਣੇ ਸੁਣਦਾ ਆਪਦੇ ਵਾਲ ਬੂਲ ਬਾਈ ਚੱਲੀ ਹੈਗਾ, ਕਰ ਲਈ ਕਰਾ ਦੇਣੇ ਜੀ ਹੁਣ ਤੇਰੇ, ਜੇ ਤੈਨੂੰ ਬਾਹਲੇ ਤੰਗ ਜਿਹਾ ਹੋਣਾ ਨਾ, ਕਰ ਲਈ ਕਰਾ ਦੇਣੇ ਜੀ, ਕਿ ਰਿਮਾਉਂਡ ਕਰਾ ਦਈਏ? ਹੈਂ ਉਹ ਚੰਗਾ ਐਂ ਤਾਂ ਦੱਸਦੇ, ਰਿਮਾਉਂਡ ਕਰਾਉਣੇ ਕਿ ਕਰ ਲਈ ਕਰਾਉਣੇ ਆ? ਉਹ ਛੇਰਾ ਸੁੱਕ ਲੈ, ਸੁੱਕ ਲੈ, ਕੋਈ ਫਾਇਦਾ ਨਹੀਂ,
ਐਵੇਂ ਗਿੱਲੀ ਚੜ ਚੜ ਪੈ ਜਾਣੇ ਆ ਤੈਨੂੰ, ਠੀਕ ਆ ਸੁਕਲਾ ਸੁਕਲਾ। ਹੁਣ ਜੀ ਆਪਾਂ ਡੋਗਸ ਲੈ ਜਾਂਦਾ ਮਾ, ਬਸ ਸ਼ੈਡੋ ਰਹਿ ਗਿਆ ਥੋੜ੍ਹਾ ਜਿਹਾ, ਅਤੇ ਫਿਰ ਇਹਨਾਂ ਨੂੰ ਆਪਾਂ ਪਿੰਜਰੇ 'ਚ ਕਰ ਦੇਣਾ ਬੰਦ, ਕਿਉਂਕਿ ਸੁੱਕਣ ਦਿਓ, ਸੁੱਕਣਾ ਜੇ ਸੁੱਕਣਗੇ ਫਿਰ ਹੀ ਇਹਨਾਂ ਦੀ ਚਮੜੀ ਚੁਮੜੀ ਸਹੀ ਹੋਊ, ਅਦਰਵਾਈਜ਼ ਕਈ ਵਾਰ ਕੋਈ ਇਨਫੈਕਸ਼ਨ ਵਗੈਰਾ ਹੋ ਜਾਂਦੀ ਹੈ ਜੇ ਚੁੱਟ ਪੈ ਜਾਂਦੀ ਹੈ, ਗਰਮੀ ਦਾ ਮੌਸਮ ਆ ਤੁਹਾਨੂੰ ਪਤਾ ਹੈ ਨਾ। ਹਮੇਸ਼ਾ ਲਿਬੜਨਾ, ਦੇਖੋ ਹੁਣ ਇਹ ਕਰੀ ਜਾਂਦਾ, ਜੇ ਇੱਥੇ ਮਿੱਟੀ ਹੋਵੇ ਤੁਸੀਂ ਦੇਖੋ ਫਿਰ ਤਾਂ ਬੁਰਾ ਹਾਲ ਹੀ ਹੋ ਜੇ ਹੈ ਨਾ, ਸੋ ਏਡੇ ਏਡੇ ਵਾਲ ਆ ਮਿੱਟੀ ਵਿੱਚ ਭਰ ਜਾਣੀ, ਫਿਰ ਤਾਂ ਆਟੋਮੈਟਿਕ ਹੀ ਆ ਵੀ ਇਹਦੀ ਕੀ ਆ ਵਾਲ ਵੂਲ ਖਰਾਬ ਹੋ ਜਾਣਗੇ, ਚਮੜੀ ਚੁਮੜੀ ਖਰਾਬ ਹੋ ਜੂਗੀ। ਸੋ ਆਹ ਦੇਖੋ ਲਿਬੜ ਰਿਹਾ ਆਪਦੇ ਆਪ ਨੂੰ, ਕਹਿੰਦਾ ਭਾਵ ਸਾਫ਼ ਕਰ ਰਿਹਾ ਹੈ, ਇਹ ਮਿੱਟੀ ਦੇ ਵਿੱਚ ਵੀ ਨਹੀਂ, ਇਹਨੇ ਇੱਦਾਂ ਹੀ ਕਰਨਾ ਜੀ ਥੱਲੇ, ਤਾਂ ਕਰਕੇ ਇਹਨੂੰ ਕੀ ਆ ਮੰਜੇ 'ਤੇ ਬਿਠਾਇਆ ਗਿਆ ਵੀ ਜਿੰਨਾ ਵਧੀ ਚੌੜ ਕਰਨੀ ਹੈ ਕਰੀ ਚਾਲ ਸ਼ੇਰਾ, ਸੁਕਾਉਣਾ ਤਾਂ ਖੈਰ ਅਸੀਂ ਹਾਂ। ਸਭ ਤੋਂ ਪਹਿਲਾਂ ਜੀ ਆਪਾਂ ਸਿੱਧਾ ਕੰਘਾ ਮਾਰਨਾ, ਜਿਵੇਂ ਕਿ ਹੁਣ ਵੱਜ ਰਿਹਾ ਹੈਗਾ, ਸਿੱਧਾ ਕੰਘਾ ਮਾਰਨਾ, ਉਸ ਤੋਂ ਬਾਅਦ ਚੋਂ ਕੀ ਆ ਪੁੱਠਾ ਕੰਘਾ ਮਾਰਨਾ, ਟੋਏ ਪੰਪ 'ਤੇ ਹਮੇਸ਼ਾ ਹੀ ਪੁੱਠਾ ਕੰਘਾ ਵੱਜਦਾ ਗਾ, ਸੋ ਪੁੱਠੇ ਕੰਘੇ ਨਾਲ ਕੀ ਹੈਗਾ ਵਾਲ ਵਧੀਆ ਘੈਂਟ ਬਣ ਜਾਂਦੇ ਹੈਗੇ, ਉਦੋਂ ਅੱਗੋਂ ਥੋੜ੍ਹਾ ਜਿਹਾ ਵਧੀਆ ਬਣ ਜਾਂਦੇ, ਹੈਵੀ ਜਿਹੇ ਬਣ ਜਾਂਦੇ ਹੈਗੇ। ਸੋ ਇੱਕ ਵਾਰੀ ਸਿੱਧਾ ਕੰਘਾ ਮਾਰਨ ਤੋਂ ਬਾਅਦ 'ਚੋਂ ਫਿਰ ਕੀ ਆ ਦੁਬਾਰਾ ਫਿਰ ਆਪਾਂ ਤੌਲੀਏ ਨਾਲ ਇਹਨੂੰ ਸੁਕਾਉਣਾ ਗਾ, ਅਤੇ ਕਿਉਂਕਿ ਦੇਖ ਸਕਦੇ ਤੁਸੀਂ ਵਾਲ ਥੋੜ੍ਹੇ ਜਿਹੇ ਵੱਡੇ ਆ ਇਹਦੇ, ਇਹਨੂੰ ਚੰਗੀ ਤਰ੍ਹਾਂ ਸੁਕਾਉਣਾ ਪੈਂਦਾ ਗਾ। ਸੋ ਦੁਬਾਰੇ ਫਿਰ ਇਹਦੇ ਹੁਣ ਤੌਲੀਏ ਨਾਲ ਚੰਗੀ ਤਰ੍ਹਾਂ ਮਾਰ ਮੁੜ ਕੇ, ਥੋੜ੍ਹਾ ਬਹੁਤ ਹਜੇ ਜਿਹੜੇ ਵਾਲ ਗਿੱਲੇ ਪਏ ਹੋਣੇ ਉਹ ਸੁੱਕ ਜਾਣੇ, ਦੁਬਾਰੇ ਫਿਰ ਕੰਘਾ ਮਾਰਨਾ। ਲਓ ਜੀ ਹੁਣ ਵਾਰੀ ਆ ਗਈ ਪੁੱਠੇ ਕੰਘੇ ਦੀ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਪਹਿਲਾਂ ਮਾਰਨਾ ਸਿੱਧਾ ਕੰਘਾ, ਫਿਰ ਤੌਲੀਆ ਮਾਰ ਕੇ ਫਿਰ ਮਾਰਨਾ ਪੁੱਠਾ ਕੰਘਾ। ਪੁੱਠੇ ਕੰਘੇ ਨਾਲ ਕੀ ਆ ਵਾਲ ਸਾਰੇ ਉੱਪਰ ਆ ਕੇ ਇੱਕ ਵਧੀਆ, ਮਤਲਬ ਵਧੀਆ ਬਣ ਜਾਂਦਾ ਫਰੰਟ, ਦੇਖੋਗੇ ਤੁਸੀਂ ਕੁੱਤੇ ਦਾ ਉਹ ਸੋਹਣਾ ਬਣਦਾ, ਨਹੀਂ ਕੀ ਆ ਵਾਲ ਚਿਪ ਜਾਂਦੇ ਨੇ, ਜੋ ਚਿਪ ਜਾਂਦੇ ਹੈਗੇ ਵਾਲਾਂ ਦਾ ਘੱਟ ਪਤਾ ਲੱਗਦਾ, ਕਈ ਵਾਰ ਵਿੱਚ ਵੀ ਗਿੱਲੇ ਗੁੱਲੇ ਰਹਿ ਜਾਂਦੇ ਆ। ਸੋ ਪੁੱਠੇ ਕੰਘੇ ਨਾਲ ਕੀ ਆ ਨਾਲ ਤਾਂ ਇੱਕ ਵਾਲ ਪੂਰੇ ਚੰਗੀ ਤਰ੍ਹਾਂ ਸੁੱਕ ਜਾਣਗੇ, ਨਾਲੇ ਥੋੜ੍ਹੀ ਜਿਹੀ ਫਲਾਫਟ ਆਊਗੀ, ਫਲਾਫਟ ਜਦੋਂ ਫਲਾਫਟ ਆਊਗੀ ਫਿਰ ਹੀ ਕੁੱਤੇ 'ਤੇ ਉਹ ਸੋਹਣੇ ਲੱਗਣਗੇ। ਸੋ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਜੀ, ਆਪਾਂ ਜਿੰਨੇ ਵੀ ਹੁਣ ਟੁੱਟੇ ਵਾਲ ਨੇ ਸਾਰੇ ਉਹ ਕੱਢਣੇ ਨੇ ਆਪਾਂ, ਜਿੰਨੇ ਵੀ ਖਰਾਬ ਵਾਲ ਨੇ ਹੈ ਨਾ, ਅਤੇ ਉਹ ਵਿੱਚੋਂ ਕੱਢ ਦੇਣੇ ਆ ਤਾਂ ਕਿ ਜਿਹੜੇ ਕੀ ਆ ਬਾਕੀ ਵਾਲ ਨੇ ਉਹ ਨਾ ਖਰਾਬ ਹੋ ਸਕਣ ਉਹਨਾਂ ਕਰਕੇ। ਦੇਖੋ ਜੀ ਤੁਸੀਂ ਦੇਖ ਸਕਦੇ ਹੋ ਹੁਣ ਇਹਦੇ ਵਾਲਾਂ ਦੀ ਕੀ ਆ ਸ਼ੇਪ ਪੂਰੀ ਵਧੀਆ ਬਣ ਚੁੱਕੀ ਹੈਗੀ, ਫਲੱਪੀ ਟਾਈਪ ਹੋ ਚੁੱਕਿਆ ਹੈਗਾ। ਸੋ ਉੱਪਰ ਜਿਹਨੂੰ ਉੱਠ ਗਏ ਨੇ ਕਿੰਨੇ ਸੋਹਣੇ ਲੱਗ ਰਹੇ ਨੇ, ਸ਼ਾਈਨਿੰਗ ਵੀ ਆਈ ਪਈ ਹੈਗੀ। ਇਹ ਵਾਲਾ ਡੋਗ ਦੋਸਤੋ ਮੈਂ ਲਿਆਂਦਾ ਸੀ ਅੰਮ੍ਰਿਤਸਰ ਤੋਂ, ਸੋ ਇਹ ਪਪੀ ਲੈ ਕੇ ਆਇਆ ਸੀ ਮੈਂ, ਇਹ ਲਿਆਂਦਾ ਸੀਗਾ 30,000 ਰੁਪਏ ਦਾ। ਸੋ ਮੋਸਟਲੀ ਕੀ ਹੈਗਾ ਟੋਏ ਪੌਮ ਦਾ ਰੇਟ ਥੋੜ੍ਹਾ ਜਿਹਾ ਮਹਿੰਗਾ ਹੀ ਹੈਗਾ, ਵਿੱਚ ਕਈ ਕੀ ਨੇ ਹੁਣ ਜਿੱਦਾਂ ਕਲਚਰ ਪੌਮ ਅਤੇ ਟੋਏ ਪੌਮ ਉਹਨਾਂ ਦੀ ਮਿਕਸ ਦੇ ਦਿੰਦੇ ਆ, ਕਹਿ ਦਿੰਦੇ ਆ ਵੀ ਇਹ ਟੋਏ ਪੌਮ ਆ, ਪਰ ਉਹਨਾਂ ਦੀ ਕੀ ਆ ਹਾਈਟ ਜ਼ਿਆਦਾ ਹੁੰਦੀ ਹੈਗੀ, ਲੈਂਥ ਵੀ ਜ਼ਿਆਦਾ ਹੁੰਦੀ ਆ। ਸੋ ਜਿਹੜਾ ਓਰਿਜਨਲ ਟੋਏ ਪੌਮ ਹੋਊਗੀ ਉਹਦੀ ਹਾਈਟ ਅਤੇ ਲੈਂਥ ਬਹੁਤ ਘੱਟ ਹੋਊਗੀ, ਇਹਦਾ ਹੁਣ ਤੁਸੀਂ ਦੇਖ ਸਕਦੇ ਹੋ ਇਹਦੀ ਹਾਈਟ ਅਤੇ ਲੈਂਥ ਬਹੁਤ ਘੱਟ ਆ ਗਈ, ਛੋਟਾ ਹੀ ਹੈ ਜਮੀਨ। ਸੋ ਜਿਹੜਾ ਜ਼ਿਆਦਾ ਛੋਟਾ ਹੋਊ ਉਹ ਜ਼ਿਆਦਾ ਓਰਿਜਨਲ ਹੋਊਗਾ। ਜੇਕਰ ਤੁਸੀਂ ਵੀ ਟੋਏ ਪੌਮ ਵਗੈਰਾ ਲੈਣਾ ਚਾਹੁੰਦੇ ਹੋ ਤਾਂ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਇਹਦੀ ਕੀ ਆ ਹਾਈਟ ਅਤੇ ਲੈਂਥ ਛੋਟੀ ਹੋਊਗੀ, ਸੋ ਫਿਰ ਹੀ ਟੋਏ ਪੌਮ ਆ, ਅਦਰਵਾਈਜ਼ ਤਾਂ ਤੁਹਾਨੂੰ ਪਤਾ ਫਿਰ ਨਹੀਂ ਤਾਂ ਉਹ ਕਲਚਰ ਮਿਕਸ ਹੋ ਜਾਣੇ ਹੈਗੇ, ਵਿੱਚ ਕਈ ਆ ਕਲਚਰ ਮਿਕਸ ਵੀ ਦੇ ਰਹੇ ਆ, ਕਲਚਰ ਕਹਿ ਕੇ ਵੀ ਦੇ ਰਹੇ ਨੇਗੇ। ਸੋ ਇਹ ਚੀਜ਼ ਦਾ ਜ਼ਿਆਦਾ ਧਿਆਨ ਰੱਖਣਾ ਵਾਲਾਂ ਦੀ, ਤੁਸੀਂ ਦੇਖ ਸਕਦੇ ਹੋ ਫਲੱਫੀ ਟਾਈਪ ਕਿੱਦਾਂ ਜ਼ਿਆਦਾ ਸੋਹਣਾ ਲੱਗ ਰਿਹਾ ਹੁਣ। ਇਹ ਟੋਏ ਪੌਮ ਦਾ ਜਿਹੜਾ ਵੇਟ ਹੁੰਦਾ ਗਾ ਇਹ 3 ਕਿਲੋ ਤੱਕ ਹੀ ਹੁੰਦਾ ਗਾ, ਇਹਦਾ ਜਿਹੜਾ ਵੇਟ ਹੈਗਾ ਇਹਦਾ 2 ਕਿਲੋ ਆ ਹੁਣ, ਸੋ ਇਹਨਾਂ ਦਾ ਇੰਨਾ ਕੀ ਵੇਟ ਰਹਿੰਦਾ ਗਾ 3 ਕਿਲੋ ਤੱਕ। ਇਹ ਆ ਜੀ ਫਰੈਂਚ ਬੁਲਡੌਗ, ਇਹ ਮੈਂ ਪਪੀ ਲੈ ਕੇ ਆਇਆ ਸੀ 25,000 ਰੁਪਏ 'ਚ। ਸੋ 25,000 ਦਾ ਤੁਹਾਨੂੰ ਵਧੀਆ ਰੇਂਜ 'ਚ ਮਿਲਦਾ, 25 ਤੋਂ 30,000 ਦਾ 20 ਦਾ ਵੀ ਮਿਲ ਜਾਂਦਾ ਗਾ, ਪਰ ਇਹਦੀ ਵੀ ਕੁਆਲਿਟੀ ਹੁੰਦੀ ਹੈਗੀ, ਸੋ ਦੇਖਿਆ ਜਾਂਦਾ ਗਾ। ਇਹ ਮੈਂ ਲੈ ਕੇ ਆਇਆ ਸੀ 25,000 ਰੁਪਏ ਦਾ, ਇਹ ਫਰੈਂਚ ਬੁਲਡੌਗ, ਅਤੇ ਇਹਦਾ ਨਾਮ ਹੈ ਜੀ ਬੈਲਾ। ਇਹ ਬੈਲਾ ਨਹਾ ਕੇ ਕਿੱਦਾਂ ਸੁਸਤ ਹੋ ਗਈ, ਉਹ ਬੈਲਾ ਨਹਾ ਕੇ ਸੁਸਤ ਹੋ ਗਈ ਹੈਂ, ਉਹ ਨਹੀਂ ਬੋਲਣਾ ਵੀ ਨਵਾਤਾ, ਚੰਗਾ ਨਹੀਂ ਬੋਲਣਾ।
ਚੰਗਾ ਨਹੀਂ ਬੋਲਣਾ, ਬਾਅਦ 'ਚ ਮੈਂ ਵੀ ਨਹੀਂ ਬੋਲਦਾ। ਛੱਡ ਉਹਨੂੰ, ਛੱਡਾਂ ਤੇਰੇ ਕੋਲ, ਛੱਡਾਂ ਚੰਗਾ ਛੱਡ ਦਿੰਦੇ ਹਾਂ। ਲਓ ਜੀ ਹੁਣ ਆਪਾਂ ਡੈਲਾ ਅਤੇ ਛੱਡ ਨੂੰ ਦਿੱਤਾ ਨਮਾ, ਅਤੇ ਹੁਣ ਖੁਦ ਨਹਾਉਣ ਦੀ ਆ ਗਈ ਤਿਆਰੀ ਜੀ। ਹੁਣ ਖੁਦ ਨਹਾਉਣਾ ਗਾ। ਇਹ ਬੈਲਾ ਜੀ ਨਾ ਨੂ ਕੇ ਹੋ ਗਈ ਤਿਆਰ, ਹੁਣ ਬਸ ਪੱਖਾ ਚੱਲੀ ਜਾਂਦਾ। ਹੁਣ ਇਹਨੂੰ ਨੀਂਦ ਨੇ ਪੂਰਾ ਘੇਰ ਲਿਆ, ਬਸ ਸਾਰਾ ਦਿਨ ਬਸ ਇਹਨੇ ਹੁਣ ਸੌਣ 'ਤੇ ਕੱਟਣਾ। ਅਤੇ ਇੱਕ ਆਹ ਗਾ, ਇਹ ਆ ਸ਼ੈਡੋ, ਇਹ ਬਸ ਇਹਨੂੰ ਤੰਗ ਕਰਨ 'ਤੇ ਆ। ਦੇਖੋ ਇਹ ਇਹਨੂੰ ਤੰਗ ਕਰਨ 'ਤੇ ਆ, ਅਤੇ ਇਹਨੂੰ ਆਉਂਦੀ ਰਹਿੰਦੀ ਆ ਨੀਂਦ। ਲਓ ਜੀ ਹੁਣ ਮੈਂ ਖੁਦ ਵੀ ਨਹਾਉਣ ਚੱਲਿਆ, ਚਲੋ ਤੁਸੀਂ ਆਪਣਾ ਨੀਂਦ ਨੂੰਦ ਲਓ, ਸੌਂ, ਮੈਨੂੰ ਵੀ ਕਰਨ ਦਿਓ ਥੋੜ੍ਹਾ ਬਹੁਤ ਰੈਸਟ, ਪਹਿਲਾਂ ਨਹਾ ਕੇ ਆਉਂਦੇ ਹਾਂ ਜੀ। ਲਓ ਜੀ ਦੋਸਤੋ, ਇਹ ਸੀ ਮੇਰਾ ਅੱਜ ਦਾ ਵਲੌਗ। ਜੇ ਵਲੌਗ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ, ਬਾਕੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਬੈਲ ਆਈਕਨ 'ਤੇ ਕਰ ਦਿਓ ਕਲਿੱਕ, ਤਾਂ ਕਿ ਮੇਰੇ ਨਵੇਂ ਨਵੇਂ ਆਉਣ ਵਾਲੇ ਵਲੌਗਾਂ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜੇ। ਸੋ ਜਲਦ ਮਿਲਦੇ ਹਾਂ ਜੀ ਅਗਲੇ ਵਲੌਗ ਦੇ ਵਿੱਚ, ਉਦੋਂ ਤੱਕ ਲਈ ਬਾਏ, ਟੇਕ ਕੇਅਰ, ਨਮਸਤੇ, ਸਤਿ ਸ਼੍ਰੀ ਅਕਾਲ, ਬਾਬਾ ਭਲੀ ਕਰੇ।